ਜਦੋਂ ਮੈਂ ਛੋਟਾ ਹੁੰਦਾ ਸੀ ਨਾ ਅਤੇ ਸਾਡੇ ਲੜਕੀ ਚਾਚਾ ਜੀ ਦੇ ਉਹਨੇ ਅੱਖਾਂ 'ਚ ਸਵਾਹ ਪਾਤੀ। ਉਸ ਤੋਂ ਬਾਅਦ ਮੈਂ ਤੀਜੀ ਮੰਜ਼ਿਲ ਤੋਂ ਕੋਠੇ ਤੋਂ ਡਿੱਗ ਗਿਆ ਸੀ। ਮੁੜ ਕੇ ਡਾਕਟਰਾਂ ਬੜੇ ਬੜੇ ਡਾਕਟਰਾਂ ਨੂੰ ਦਿਖਾਇਆ, ਨਹੀਂ ਰਮਾਨ ਆਇਆ। ਉਹਨਾਂ ਨੇ ਕਿਹਾ ਵੀ ਅੱਖਾਂ ਦੀ ਜਿਹੜੀ ਲਾਈਟ ਉਹ ਚੱਲ ਗਈ। ਮੈਨੂੰ ਛੋਟੀ ਜਿਹੀ, ਬਿਲਕੁਲ ਛੋਟੀ ਜਿਹੀ ਸੀ, ਅਤੇ ਮੇਰੀ ਅੱਖਾਂ ਦੀ ਰੋਸ਼ਨੀ ਚੱਲ ਗਈ ਜਮੰਦਰ ਹੀ। ਮੇਰੇ ਜੀਜਾ ਜੀ ਨਾ ਇਹਨਾਂ ਕੋਲ ਆਉਂਦੇ ਜਾਂਦੇ ਰਹੇ। ਹਾਂਜੀ, ਫਿਰ ਕਰਦੇ ਕਰਦੇ ਉਹਨਾਂ ਨੇ ਇਹਨਾਂ ਨਾਲ ਸੰਯੋਗ ਜੋੜ ਦਿੱਤਾ। ਅਕਸਰ ਹੀ ਦੇਖਣ ਵਿੱਚ ਆਉਂਦਾ ਹੈ ਕਿ ਜਿਸ ਨੂੰ ਰੱਬੀ ਮਾਰ ਪਈ ਹੋਵੇ ਉਹਨਾਂ ਉੱਪਰ ਲੋਕ ਤਰਸ ਖਾ ਕੇ ਮਦਦ ਕਰਨ ਨੂੰ ਹਮੇਸ਼ਾ ਤਿਆਰ ਰਹਿੰਦੇ ਨੇ। ਜ਼ਿਆਦਾਤਰ ਕਈ ਲੋਕ ਇਸ ਦਾ ਫਾਇਦਾ ਚੁੱਕਦੇ ਨੇ ਅਤੇ ਅਪਾਹਜ ਹੋਣ ਦਾ ਬਹਾਨਾ ਬਣਾ ਕੇ ਭੀਖ ਮੰਗਣੀ ਸ਼ੁਰੂ ਕਰ ਦਿੰਦੇ ਨੇ। ਉੱਥੇ ਹੀ ਸਰੀਰ ਵਿੱਚ ਕੁਦਰਤੀ ਕਾਮੀਆਂ ਹੋਣ ਦੇ ਬਾਵਜੂਦ ਕੁਝ ਲੋਕ ਜ਼ਮੀਰ ਦੇ ਧਨੀ ਵੀ ਹੁੰਦੇ ਨੇ ਅਤੇ ਸਰੀਰ ਵਿੱਚ ਕੁਦਰਤੀ ਖਾਮੀਆਂ ਦੇ ਬਾਵਜੂਦ ਵੀ ਕਿਸੇ ਦੇ ਤਰਸ ਦੇ ਮੁਹਤਾਜ ਨਹੀਂ ਬਣਦੇ। ਸਗੋਂ ਅਜਿਹੇ ਲੋਕ ਆਪਣੇ ਅੰਦਰ ਦੀਆਂ ਰੱਬ ਵੱਲੋਂ ਮਿਲੀਆਂ ਖੂਬੀਆਂ ਨੂੰ ਪਛਾਣ ਕੇ ਆਪਣੀ ਰੋਜ਼ੀ ਰੋਟੀ ਕਮਾਉਣ ਦਾ ਜ਼ਰੀਆ ਬਣਾਉਂਦੇ ਨੇ। ਜਿਹੜੀਆਂ ਵੀਡੀਓ ਤੁਸੀਂ ਸਾਹਮਣੇ ਦੇਖ ਰਹੇ ਹੋ ਇਹ ਇੱਕ ਅਜਿਹਾ ਹੀ ਗੁਰਸਿੱਖ ਜੋੜਾ ਹੈ ਜੋ ਪਿੰਡ ਗਾਲੜੀ ਦਾ ਰਹਿਣ ਵਾਲਾ ਹੈ। ਜਨਮ ਤੋਂ ਹੀ ਨੇਤਰੀਨ ਹੋਣ ਦੇ ਬਾਵਜੂਦ ਇਹਨਾਂ ਨੇ ਕੀਰਤਨ ਸਿੱਖਿਆ, ਤਬਲਾ ਅਤੇ ਹਾਰਮੋਨੀਅਮ ਵਜਾਉਣ ਦੀ ਵਿੱਦਿਆ ਹਾਸਿਲ ਕੀਤੀ ਅਤੇ ਅੱਜ ਆਪਣੀ ਇਸ ਕਲਾ ਰਾਹੀਂ ਇਹ ਗੁਰਸਿੱਖ ਪਤੀ ਪਤਨੀ ਗੁਰੂ ਘਰ ਅਤੇ ਧਾਰਮਿਕ ਸਮਾਗਮਾਂ ਦੇ ਵਿੱਚ ਕੀਰਤਨ ਕਰਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰ ਰਹੇ ਨੇ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਨੇਤਰਹੀਣ ਆਸਾ ਸਿੰਘ ਅਤੇ ਉਸ ਦੀ ਪਤਨੀ ਨੀਲਮ ਕੌਰ ਨੇ ਦੱਸਿਆ ਕਿ ਉਹ ਬਚਪਨ ਤੋਂ ਹੀ ਨੇਤਰਹੀਣ ਨੇ। ਦੋਨਾਂ ਨੇ ਬਚਪਨ ਵਿੱਚ ਹੀ ਕੀਰਤਨ ਕਰਨਾ ਸਿੱਖਣਾ ਸ਼ੁਰੂ ਕੀਤਾ ਸੀ ਅਤੇ ਸਮਾਗਮਾਂ ਵਿੱਚ ਕੀਰਤਨ ਕਰਦੇ ਸਨ। ਬਾਅਦ ਦੇ ਵਿੱਚ ਦੋਨਾਂ ਦਾ ਵਿਆਹ ਹੋ ਗਿਆ। ਉਸ ਸਮੇਂ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਫਿਰ ਦੋਨਾਂ ਨੇ ਫੈਸਲਾ ਕੀਤਾ ਕਿ ਉਹ ਦੋਵੇਂ ਕੀਰਤਨ ਕਰਦੇ ਨੇ ਅਤੇ ਆਸਾ ਸਿੰਘ ਨੂੰ ਤਬਲੇ ਦੀ ਵਿੱਦਿਆ ਹਾਸਲ ਕਰਨ ਅਤੇ ਨੀਲਮ ਕੌਰ ਨੂੰ ਹਾਰਮੋਨੀਅਮ ਦੀ ਵਿੱਦਿਆ ਹਾਸਲ ਕਰਨ ਦੇ ਲਈ ਮਿਹਨਤ ਕਰਨੀ ਸ਼ੁਰੂ ਕਰ ਦਿੱਤੀ। ਫਿਰ ਦੋਨਾਂ ਨੇ ਪਿੰਡ ਦੇ ਗੁਰਦੁਆਰਾ ਗਾਲੜੀ ਸਾਹਿਬ ਵਿੱਚ ਕੀਰਤਨ ਕਰਨਾ ਸ਼ੁਰੂ ਕਰ ਦਿੱਤਾ ਅਤੇ ਪਿਛਲੇ 10 ਸਾਲਾਂ ਤੋਂ ਕੀਰਤਨ ਕਰ ਰਹੇ ਨੇ। ਪਿੰਡ ਵਿੱਚ ਹੋਣ ਵਾਲੇ ਧਾਰਮਿਕ ਸਮਾਗਮਾਂ ਵਿੱਚ ਵੀ ਆਪਣੀ ਹਾਜ਼ਰੀ ਲਵਾਉਂਦੇ ਨੇ ਅਤੇ ਸੰਗਤਾਂ ਵੱਲੋਂ ਜੋ ਭੇਟਾ ਮਿਲਦੀ ਹੈ ਉਸ ਨਾਲ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦੇ ਨੇ। ਪਰ ਇਹ ਜੋੜਾ ਕਿਸੇ ਅੱਗੇ ਹੱਥ ਨਹੀਂ ਫੈਲਾਉਂਦਾ। ਇਹਨਾਂ ਨੇ ਭੀਖ ਮੰਗਣ ਵਾਲਿਆਂ ਨੂੰ ਵੀ ਨਸੀਹਤ ਦਿੱਤੀ ਹੈ ਕਿ ਸਾਨੂੰ ਹਮੇਸ਼ਾ ਕਿਰਤ ਕਰਕੇ ਰੋਟੀ ਖਾਣੀ ਚਾਹੀਦੀ ਹੈ। ਨਾਲ ਉਹਨਾਂ ਨੇ ਸਰਕਾਰ ਨੂੰ ਵੀ ਅਪੀਲ ਕੀਤੀ ਹੈ ਕਿ ਉਹਨਾਂ ਨੂੰ ਥੋੜ੍ਹੀ ਬਹੁਤ ਮਾਲੀ ਮਦਦ ਜ਼ਰੂਰ ਕੀਤੀ ਜਾਵੇ ਤਾਂ ਜੋ ਅਸੀਂ ਕਿਸੇ ਅੱਗੇ ਭੀਖ ਨਾ ਮੰਗੀਏ ਅਤੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰ ਸਕੀਏ। ਤਕਰੀਬਨ 8-7-8 ਸਾਲ ਦੇ ਸੀ ਜਦੋਂ ਨੇਤਰੀ ਨੂੰ ਹੋਏ ਆ। ਕਿਸ ਤਰ੍ਹਾਂ ਇਹ ਜੀ? ਤਾਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਵੀ ਜਦੋਂ ਮੈਂ ਛੋਟਾ ਹੁੰਦਾ ਸੀ ਨਾ ਅਤੇ ਸਾਡੇ ਲੜਕੀ ਚਾਚਾ ਜੀ ਦੇ ਉਹਨੇ ਅੱਖਾਂ 'ਚ ਸਵਾਹ ਪਾਤੀ। ਉਸ ਤੋਂ ਬਾਅਦ ਮੈਂ ਤੀਜੀ ਮੰਜ਼ਿਲ ਤੋਂ ਕੋਠੇ ਤੋਂ ਡਿੱਗ ਗਿਆ ਸੀ। ਮੁੜ ਕੇ ਡਾਕਟਰਾਂ ਬੜੇ ਬੜੇ ਡਾਕਟਰਾਂ ਨੂੰ ਦਿਖਾਇਆ, ਨਹੀਂ ਰਮਾਨ ਆਇਆ। ਉਹਨਾਂ ਨੇ ਕਿਹਾ ਵੀ ਅੱਖਾਂ ਦੀ ਜਿਹੜੀ ਲਾਈਟ ਉਹ ਚੱਲ ਗਈ ਹੈ। ਪਰ ਕਿਸ ਤਰ੍ਹਾਂ ਗੁਜ਼ਾਰਾ ਕਰ ਰਹੇ ਹੁਣ? ਹਾਂਜੀ, ਗੁਜ਼ਾਰਾ ਹੁਣ ਇਸੇ ਤਰ੍ਹਾਂ ਹੀ ਹੈ ਜੀ, ਗੁਰੂ ਦੀ ਕਿਰਪਾ ਦੇ ਨਾਲ ਹੀ ਚੱਲੀ ਜਾਂਦਾ। ਜੋੜੀ ਵੀ ਜਾਂਦੇ ਹਾਂ, ਮਾੜਾ ਮੋਟਾ ਗੁਜ਼ਾਰਾ ਚੱਲੀ ਜਾਂਦਾ ਕੋਈ ਵਧੀਆ। ਹਾਂਜੀ, ਇੱਥੇ ਗੁਰਦੁਆਰਾ ਟਾਹਲੀ ਸਾਹਿਬ ਵੀ ਸ਼ਬਦ ਪੜ੍ਹੀਦਾ, 5-7 ਮਿੰਟ ਮਿਲ ਜਾਂਦੇ ਆ। ਅਤੇ ਕਮੇਟੀ ਮੈਂਬਰ ਸਾਹਿਬ ਬਹੁਤ ਸਾਥ ਦਿੰਦੇ ਨੇ ਸਾਡਾ, ਸੰਗਤ ਵੀ ਬੜਾ ਸਹਿਯੋਗ ਦਿੰਦੀ ਹੈ ਇਲਾਕੇ ਦੀ ਜੀ। ਮਦਦ ਕੋਈ ਨਹੀਂ ਉਹਨਾਂ ਨੇ ਸਾਡੇ ਕੀਤੀ। ਇੱਕ 15 ਕੁ ਸਾਲ ਪਹਿਲਾਂ 50,000 ਰੁਪਇਆ ਪਾਇਆ ਸੀ ਡੀ ਸੀ ਸਾਹਿਬ ਨੂੰ ਕਿਹਾ ਸੀ, ਅਤੇ ਇੱਕ ਮਾੜਾ ਮੋਟਾ ਕਮਰਾ ਪਾਇਆ ਸੀ, ਉਹ ਵੀ ਮੈਂ ਇੱਕ ਕਿਸੇ ਕੋਲ 50-60,000 ਰੁਪਇਆ ਵਿਆਜ 'ਤੇ ਚੁੱਕੇ ਅਤੇ 1,00,000 ਰੁਪਇਆ ਗਲਕੀ ਕਰਕੇ ਅਤੇ ਕਮਰਾ ਪਾਇਆ ਸੀ। ਅਤੇ ਉਹ ਵੀ ਕਮਰਾ ਜਿਹੜਾ ਹੁਣ ਨਹੀਂ ਸੈੱਟ ਹੋਇਆ, ਮਤਲਬ ਕਿ ਇੱਦਾਂ ਹੀ ਆ, ਫਲੱਸ਼ ਬਾਥਰੂਮ ਵੀ ਖਰਾਬ ਹੋ ਚੁੱਕਾ ਅਤੇ ਕਮਰੇ ਦੀ ਵੀ ਸਾਰੀ ਚੌਂਦਾ ਜੀ। ਜਿਹੜੀ ਤੁਹਾਡੀ ਧਰਮ ਪਤਨੀ ਹੈ ਉਹ ਕੀ ਕਰਦੇ ਨੇ? ਹਾਂਜੀ, ਧਰਮ ਪਤਨੀ ਕੀ ਕਰਦੇ ਨੇ? ਉਹ ਵੀ ਜੀ ਕੀਰਤਨ ਹੀ ਕਰਦੇ ਜੀ।
ਕੀ ਅਪੀਲ ਕੀ ਕਰਨਾ ਚਾਹੋਗੇ ਸਰਕਾਰ ਨੂੰ? ਸਰਕਾਰ ਨੂੰ ਇਹੀ ਅਪੀਲ ਕਰਨਾ ਚਾਹੁੰਦੇ ਹਾਂ ਵੀ ਅਸੀਂ ਕਹਿਣ ਦਾ ਭਾਵ ਵੀ ਜੋ ਸਾਡੀ ਕਮਰੇ ਦੀ ਹਾਲਤ ਹੈਗੀ, ਜੋ ਫਲੱਸ਼ ਬਾਥਰੂਮ ਦੀ ਪ੍ਰੋਬਲਮ ਹੈ, ਇਹ ਠੀਕ ਕੀਤੀ ਜਾਵੇ, ਕੁਛ ਨਾ ਕੁਛ ਮਦਦ ਕੀਤੀ ਜਾਵੇ ਇਹਦੇ ਬਾਰੇ 'ਚ। ਮੈਨੂੰ ਛੋਟੀ ਜਿਹੀ, ਬਿਲਕੁਲ ਛੋਟੀ ਜਿਹੀ ਸੀ ਅਤੇ ਮੇਰੀ ਅੱਖਾਂ ਦੀ ਰੋਸ਼ਨੀ ਚਲੀ ਗਈ ਜਮੰਦਰ। ਹਾਂਜੀ, ਅਤੇ ਫਿਰ ਤੁਸੀਂ ਕੀਰਤਨ ਕੁਰਤਨ ਕਿੱਥੋਂ ਸਿੱਖਿਆ ਸਾਰਾ? ਹਾਂਜੀ, ਕੀਰਤਨ ਮੈਂ ਆਪਣੇ ਅੰਮ੍ਰਿਤਸਰੋਂ ਬੇਬੀ ਭਾਨੀ ਸਕੂਲ ਤੋਂ ਸਿੱਖਿਆ। ਅਤੇ ਭਾਈ ਸਾਹਿਬ ਨਾਲ ਕਿੱਦਾਂ ਮੇਲ ਹੋਏ? ਹਾਂਜੀ, ਇਹ ਬਸ ਇਸੇ ਤਰ੍ਹਾਂ ਹੀ ਆ, ਮੇਰੇ ਜੀਜਾ ਜੀ ਨਾ ਆਉਂਦੇ ਰਹੇ, ਇਹ ਛੋਟੇ ਛੋਟੇ ਜਿਹੇ ਹੁੰਦੇ ਰਹੇ ਅਤੇ ਉਹ ਇਹਨਾਂ ਕੋਲ ਆਉਂਦੇ ਜਾਂਦੇ ਰਹੇ। ਹਾਂਜੀ, ਫਿਰ ਕਰਦੇ ਕਰਦੇ ਉਹਨਾਂ ਨੇ ਇਹਨਾਂ ਨਾਲ ਸੰਯੋਗ ਜੋੜ ਦਿੱਤਾ। ਹਾਂਜੀ, ਟਾਹਲੀ ਸਾਹਿਬ ਵੀ ਕਰੀਦਾ, ਅੰਦਰ ਬਾਹਰ ਵੀ, ਸ਼ਹਿਰਾਂ 'ਚ ਹੋਰ ਵੀ ਸ਼ਹਿਰਾਂ 'ਚ ਪਿੰਡਾਂ 'ਚ ਚੱਲ ਜਾਈਦਾ। ਹਾਂਜੀ, ਦੋਵੇਂ ਜਣੇ ਕਰਦੇ ਹੋ? ਹਾਂਜੀ, ਦੋਵੇਂ ਜਣੇ ਕਰ ਲੈਂਦੇ। ਹਾਂਜੀ, ਉਹ 15 ਸਾਲ ਪਹਿਲਾਂ ਹੀ ਕੀਤੀ ਸੀ ਅਤੇ ਹੁਣ ਹਜੇ ਤੱਕ ਤਾਂ ਕੋਈ ਨਹੀਂ ਹੋਈ। ਅਤੇ ਕਿਸ ਤਰ੍ਹਾਂ ਗੁਜ਼ਾਰਾ ਚੱਲ ਰਿਹਾ ਕਰਦਾ? ਹਾਂਜੀ, ਗੁਜ਼ਾਰਾ ਤਾਂ ਸਤਿਗੁਰੂ ਜੀ ਦੀ ਕਿਰਪਾ ਨਾਲ ਹੀ ਚੱਲੇ ਕਰਦਾ, ਜਿੱਦਾਂ ਸੰਗਤ ਸੰਯੋਗ ਦਿੰਦੀ ਹੈ ਅਤੇ ਉਸੇ ਤਰ੍ਹਾਂ ਹੀ ਗੁਜ਼ਾਰਾ ਚੱਲੀ ਜਾਂਦਾ। ਬੜੀ ਬਖਸ਼ਿਸ਼ ਹੈ ਇਹਨਾਂ 'ਤੇ, ਦੋਨੋਂ ਜੀ ਜਿਹੜੇ ਨੇ ਬੜੇ ਪਿਆਰ ਨਾਲ ਕੀਰਤਨ ਕਰਦੇ ਨੇ, ਸਾਰੇ ਇਲਾਕੇ ਵਾਲੇ ਇਹਨਾਂ ਨੂੰ ਬਹੁਤ ਪਿਆਰ ਕਰਦੇ ਨੇ। ਇਹ ਜਦੋਂ ਵੀ ਕੋਈ ਸਮਾਗਮ ਹੁੰਦਾ ਉਸ ਤੋਂ ਬਾਅਦ ਗੁਰਦੁਆਰਾ ਟਾਹਲੀ ਸਾਹਿਬ ਦੇ ਵਿੱਚ, ਭਾਵੇਂ ਜਿੱਡਾ ਮਰਜ਼ੀ ਵੱਡਾ ਸਮਾਗਮ ਹੋਏ, ਇਹ 5 ਮਿੰਟ ਬਾਅਦ ਵਿੱਚ ਜ਼ਰੂਰ ਕੀਰਤਨ ਕਰਦੇ ਨੇ, ਦਿਲੋਂ ਭਿੱਜ ਕੇ ਕਰਦੇ ਨੇ। ਸਾਰੇ ਇਲਾਕੇ ਦੇ ਲੋਕ ਜਿਹੜੇ ਨੇ ਇਹਨਾਂ ਨੂੰ ਪ੍ਰੇਮ ਨਾਲ ਭਿੱਜ ਕੇ ਕੀਰਤਨ ਕਰਦੇ ਹੋਇਆਂ ਦੀ, ਇੱਕ ਇਹ ਬਲਾਈਂਡ ਨੇ ਇਸ ਕਰਕੇ ਇਹਨਾਂ ਦੀ ਮਦਦ ਕਰਦੇ। ਅਸੀਂ, ਸਾਡਾ ਤਾਂ ਇਹ ਸੁਪਨਾ ਹੈ ਕਿ ਇਹ ਗੁਰਦੁਆਰਾ ਟਾਹਲੀ ਸਾਹਿਬ ਜਿਹੜਾ ਸਾਡੇ ਏਰੀਏ ਵਿੱਚ ਕੋਈ ਵੀ ਗੁਰਸਿੱਖ ਹੋਵੇ ਅਤੇ ਬਲਾਈਂਡ ਹੋਵੇ, ਅਸੀਂ ਉਹਦੀ ਪੂਰੀ ਮਦਦ ਕਰਦੇ ਹਾਂ ਅਤੇ ਅੱਗੋਂ ਵੀ ਫੈਸਲਾ ਕੀਤਾ ਹੋਇਆ ਕਰਾਂਗੇ। ਅਸੀਂ ਤਾਂ ਇਹ ਕਿਹਾ ਕਿ ਇੱਥੇ ਕੋਈ ਬਿਮਾਰ ਅਜਿਹਾ ਆ ਜਾਵੇ ਜਿਹਦਾ ਇਲਾਜ ਨਾ ਹੋ ਸਕਦਾ ਹੋ, ਇਹ ਗੁਰਦੁਆਰਾ ਟਾਹਲੀ ਸਾਹਿਬ ਜਿਹੜਾ ਹੈ ਇਹ ਕਰੇਗਾ। ਮੈਨੇਜਰ ਸਾਹਿਬ ਨੂੰ ਇਹ ਕਿਹਾ ਹੋਇਆ ਕਿ ਕੋਈ ਵੀ ਆ ਜਾਵੇ, ਭਾਵੇਂ ਮੈਂਟਲੀ ਅਪਸੈਟ ਹੋ ਜਾਵੇ ਜਾਂ ਮਤਲਬ ਕਿਸੇ ਨੂੰ ਕੋਈ ਕਰੋਨਾ ਹੋ ਜਾਵੇ ਜਾਂ ਕੋਈ ਏ ਬੀ ਸੀ ਬਿਮਾਰੀ ਹੋ ਜਾਵੇ ਜਿਹਦਾ ਉਹ ਇਲਾਜ ਨਾ ਕਰ ਸਕਦਾ ਹੋਵੇ, ਭਾਵੇਂ ਉਹਦੇ 'ਤੇ ਜਿੰਨਾ ਮਰਜ਼ੀ ਖਰਚਾ ਆਵੇ, ਇਹ ਆ ਕੇ ਖਰਚ ਸਾਰਾ ਜਿਹੜਾ ਇਹ ਗੁਰਦੁਆਰਾ ਟਾਹਲੀ ਸਾਹਿਬ ਵੱਲੋਂ ਹੋਏਗਾ। ਕਿਉਂਕਿ ਇਹ ਜੇ ਗੁਰਦੁਆਰਾ ਟਾਹਲੀ ਸਾਹਿਬ ਬਾਬਾ ਸ੍ਰੀ ਚੰਦ ਦੇ ਗੁਰਦੁਆਰੇ ਵਿੱਚੋਂ ਇਹ ਸੇਵਾ ਨਹੀਂ ਹੋ ਸਕਣੀ ਤਾਂ ਹੋਰ ਫਿਰ ਕਰਨੀ ਕਿੰਨੇ ਆ? ਗੁਰਦੁਆਰਾ ਸਾਹਿਬ ਵੱਲੋਂ ਹੁਣ ਅਸੀਂ ਇਹਨਾਂ ਦਾ ਪੱਕੇ ਤੌਰ ਦੇ ਉੱਤੇ 1000-1000 ਰੁਪਈਆ ਲਾਇਆ, ਪਰ ਇਹ ਮਦਦ ਇਹ ਹੁੰਦੀ ਹੈ ਕਿ ਲਗਭਗ ਰੋਜ਼ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ 700-800 ਰੁਪਈਆ ਇਹਨਾਂ ਨੂੰ ਹੋ ਜਾਂਦਾ। ਬਾਕੀ ਜੇ ਇਹ ਇਹਨਾਂ ਕੋਲ ਇੱਕ ਕਮਰਾ ਗਾਲੜੀ ਵਿੱਚ ਰਸੋਈ ਆ, ਜੇ ਇਹ ਇੱਥੇ ਵੀ ਰਹਿਣਾ ਚਾਹੁਣ ਇਹਨਾਂ ਵਾਸਤੇ ਵੱਖਰੀ ਰਿਹਾਇਸ਼ ਬਣਾਈ ਜਾ ਸਕਦੀ, ਮਤਲਬ ਵਧੀਆ ਸੈੱਟ ਇਹਨਾਂ ਨੂੰ 2 ਕਮਰਿਆਂ ਦਾ ਬਣਾ ਕੇ ਦੇ ਦਿਆਂਗੇ ਜੇ ਇਹ ਇੱਥੇ ਵੀ ਰਹਿ।